ਅਸੀਂ ਉਹ ਟਰੈਕਟਰ ਇੱਕ ਤਿਆਰ ਕਰਵਾਇਆ ਸੀ ਤਾਂ ਕਿ ਸਾਨੂੰ ਪੁਲਿਸ ਤੋਂ ਡੰਡਿਆਂ ਡੁੰਡਿਆਂ ਤੋਂ ਬਚਾਅ ਹੋ ਜਾਏ, ਅਥਰੂ ਗੈਸ ਤੋਂ ਬਚਾਅ ਹੋ ਜਾਏ। ਉਹਨਾਂ ਨੇ ਇੰਨੀਆਂ ਚੀਕਾਂ ਮਾਰੀਆਂ ਜੀ ਦਿੱਲੀ 'ਤੇ ਕਬਜ਼ਾ ਕਰਨ ਆ ਗਏ। ਆਹ ਤਾਂ ਗੋਦੀ ਮੀਡੀਆ ਦਾ ਹਾਲ ਹੈਗਾ ਆ। ਸਾਡੇ ਕੋਲ ਰਜਾਈਆਂ ਦੀ, ਕੰਬਲਾਂ ਦੀ ਕੋਈ ਤੰਗੀ ਨਹੀਂ ਸੀਗੀ, ਹੁਣ ਗਰਮੀ ਆ ਗਈ ਆ, ਹੁਣ ਵੀ ਸਾਨੂੰ ਕੋਈ ਤੰਗੀ ਨਹੀਂ। ਫਰਿੱਜਾਂ ਆ ਰਹੀਆਂ ਸਾਡੀਆਂ, ਏ ਸੀ ਲੱਗਿਆ ਟਰਾਲੀਆਂ ਦੇ ਵਿੱਚ, ਕਿਸੇ ਨੇ ਕੰਪਿਊਟਰ ਥਰੂ ਆਪਣੇ ਬੱਚਿਆਂ ਨਾਲ ਬਾਹਰ ਗੱਲ ਕਰਨੀ ਆ, ਸਭ ਸਹੂਲਤਾਂ ਹੈਗੀਆਂ। ਜੋ ਸਾਡਾ ਮਰਜ਼ੀ ਖਰਚਾ ਹੋ ਜਾਏ, ਅਖੀਰਲਾ ਖੂਨ ਦਾ ਕਤਰਾ, ਅਖੀਰਲਾ ਪੈਸਾ ਇਸ ਮੋਰਚੇ 'ਚ ਲਾ ਦਾਂਗੇ, ਲੇਕਿਨ ਉੱਠ ਕੇ ਨਹੀਂ ਜਾਵਾਂਗੇ। ਮੈਂ ਤਾਂ ਸਰਕਾਰ ਨੂੰ ਇਹ ਚੈਲੰਜ ਕਰਦਾ ਕਿ ਜੇ ਹਿੰਮਤ ਹੈ ਤਾਂ ਸਾਨੂੰ ਸਿੰਘੂ ਬਾਰਡਰ ਤੋਂ ਉਠਾਲ ਕੇ ਦਿਖਾਲ ਦਿਓ। ਪੰਜਾਬ ਤੋਂ ਇੱਟਾਂ ਮੰਗਾ ਰਹੇ, ਇੱਥੇ ਪੱਕੇ ਅਸੀਂ ਕੋਠੇ ਬਣਾ ਲੈਣੇ ਆ, ਕੋਠੇ ਬਣਾ ਕੇ ਬੈਠਾਂਗੇ ਜਿੰਨਾ ਚਿਰ ਸਰਕਾਰ ਚਾਹੁੰਦੀ ਬਿਠਾ ਲਵੇ। ਤੋਮਰ ਨੇ ਬਿਆਨ ਦਿੱਤਾ ਸੀਗਾ ਜੀ ਭੀੜ ਜਿਹੜੀ ਹੈ ਇਕੱਠੀ ਕਰਨ ਦੇ ਨਾਲ ਇਹ ਕਾਨੂੰਨ ਵਾਪਸ ਨਹੀਂ ਹੋਣੇ। ਤੋਮਰ ਨੂੰ ਭੀੜ ਦੀਦੀ ਆ, ਸਾਨੂੰ ਇਹ ਸੰਗਤ ਦੀਦੀ ਆ। ਸਾਡੀ ਨਿਗਾਹ ਕਿਸਾਨੀ ਵਾਲੀ ਆ, ਉਹਦੀ ਨਿਗਾਹ ਵਾਲੀ ਆ। ਉਹਨਾਂ ਦੀ ਝਾਕ ਰਹਿੰਦੀ ਆ ਵੀ ਕਿਹੜੇ ਪੈਸੇ 'ਤੇ ਕਿੱਦਾਂ ਹੱਥ ਮਾਰਨਾ। ਅਸੀਂ ਮਰਨ ਮਰਾਉਣ 'ਤੇ ਆਏ ਹਾਂ, ਸਾਡੇ ਕਫਨ ਟਰਾਲੀਆਂ ਦੇ ਵਿੱਚ ਪਏ ਆ। ਉੱਧਰ ਸਾਡੀ ਟਰਾਲੀ ਲੱਗੀ ਹੋਆ, ਉਹਦੇ ਵਿੱਚ ਅਸੀਂ ਆਪਣੇ ਕਫਨ ਲੈ ਕੇ ਤੁਰੇ ਸੀ 11 ਬੰਦੇ ਜਿੱਦਣ ਘਰੋਂ ਤੁਰੇ ਹਾਂ। ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼, ਮੈਂ ਹਾਂ ਜੰਗਵੀਰ ਸਿੰਘ। ਅਸੀਂ ਮੌਜੂਦ ਹਾਂ ਸਿੰਘੂ ਬਾਰਡਰ 'ਤੇ ਅਤੇ ਤੁਹਾਨੂੰ ਦਿਖਾਵਾਂਗੇ ਇਸ ਕਿਸਾਨੀ ਅੰਦੋਲਨ ਵਿੱਚ ਹੁਣ ਗਰਮੀਆਂ ਦੀ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ। ਜਿੱਦਾਂ ਕਿ ਤੁਸੀਂ ਦੇਖਿਆ ਸਰਦੀਆਂ ਦੇ ਸਮੇਂ ਤੋਂ ਤੁਹਾਨੂੰ ਦਿਖਾਇਆ ਗਿਆ ਵੀ ਕਿਸ ਤਰ੍ਹਾਂ ਲੋਕਾਂ ਨੇ ਸਰਦੀ ਦੇ ਵਿੱਚ ਕਿਵੇਂ ਸਮਾਂ ਪਾਸ ਕੀਤਾ। ਔਖਾ ਸੀ ਪਰ ਜਿਹੜਾ ਕਿ ਸੰਘਰਸ਼ ਲੜੇ ਜਾਂਦੇ ਨੇ ਉਹਨਾਂ 'ਚ ਔਖੇ ਸਮੇਂ ਨੂੰ ਕਦੀ ਵੀ ਕੋਈ ਮਾਇੰਡ ਨਹੀਂ ਕਰਦਾ। ਪਰ ਆਪਾਂ ਗੱਲ ਅੱਜ ਕਰਾਂਗੇ ਇੱਥੇ ਜੇ ਗਰਮੀਆਂ ਦੀ ਤਿਆਰੀ ਕਿੱਦਾਂ ਕੀਤੀ ਜਾ ਰਹੀ ਹੈ, ਤੁਹਾਨੂੰ ਦਿਖਾਉਣਾ ਚਾਹਾਂਗੇ। ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹਾਂਗੇ ਪਹਿਲਾਂ ਦਿਖਾਓ ਏ ਸੀ ਲੱਗਾ ਹੋਇਆ ਟਰਾਲੀ ਦੇ ਵਿੱਚ, ਏ ਸੀ ਅਵੇਲੇਬਲ ਹੈ। ਉਸ ਤੋਂ ਬਾਅਦ ਰੈਫਰੀਜਰੇਟਰ ਹੈ, ਉੱਪਰਾਂ ਲੱਗਾ ਹੋਇਆ, ਪ੍ਰਿੰਟਰ ਦੀ ਅਵੇਲੇਬਲ ਹੈ। ਸਾਰੀ ਚੀਜ਼ਾਂ ਇੱਕ ਟਰਾਲੀ ਦੇ ਵਿੱਚ ਅਵੇਲੇਬਲ ਨੇ। ਇੱਕ ਘਰ ਦੀ ਤਰ੍ਹਾਂ, ਇੱਕ ਪਿੰਡ ਦੀ ਤਰ੍ਹਾਂ ਇਸ ਜਿਹੜਾ ਸੰਘਰਸ਼ ਵੱਸ ਚੁੱਕਿਆ ਹੈ। ਔਰ ਤੁਸੀਂ ਦੇਖੋ ਹਰ ਟਰਾਲੀ ਦੇ ਵਿੱਚ ਨਵੀਂ ਨਵੀਂ ਫੈਸਿਲਿਟੀਆਂ ਲਾਈਆਂ ਜਾ ਰਹੀਆਂ ਨੇ। ਔਰ ਸਰਕਾਰ ਨੂੰ ਜੋ ਮੈਸੇਜ ਦਿੱਤਾ ਜਾ ਰਿਹਾ ਉਹਦੇ ਬਾਰੇ ਵੀ ਜਾਣਾਂਗਾ। ਜਿਹੜੇ ਵੀਰ ਨੇ ਸਾਰਾ ਕੁਝ ਕੀਤਾ ਔਰ ਸਾਰਾ ਕੁਝ ਲਿਆਂਦਾ ਉਹ ਸਾਡੇ ਨਾਲ ਮੌਜੂਦ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਤਿਆਰੀਆਂ ਕਿੱਦਾਂ ਕੀਤੀਆਂ ਔਰ ਕਿਸ ਤਰ੍ਹਾਂ ਇਹ ਜਿਹੜਾ ਸਮਾਨ ਇਹਨਾਂ ਨੇ ਪ੍ਰਬੰਧ ਇੱਥੇ ਕੀਤਾ ਉਸ ਬਾਰੇ ਜਾਣਾਂਗੇ। ਵੀਰ ਜੀ ਦਾ ਸਵਾਗਤ ਕਰਦੇ ਹਾਂ, ਪੰਜਾਬ ਨਿਊਜ਼ 'ਤੇ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਨੂੰ ਜਿਹੜਾ ਆਪਣੇ ਚੈਨਲ ਦੇ ਜ਼ਰੀਏ ਦਿਖਾਲਦੇ ਹਾਂ, ਮੋਦੀ ਮੀਡੀਆ ਤਾਂ ਸਾਡਾ ਸਾਰਾ ਆਪੋਜ਼ਿਟ ਹੀ ਆ, ਸਾਰਾ ਗਲਤ ਹੀ ਦਿਖਾਲਦਾ ਹੈਗਾ। ਅਸੀਂ ਉਹ ਟਰੈਕਟਰ ਇੱਕ ਤਿਆਰ ਕਰਵਾਇਆ ਸੀ ਤਾਂ ਕਿ ਸਾਨੂੰ ਪੁਲਿਸ ਤੋਂ ਡੰਡਿਆਂ ਡੁੰਡਿਆਂ ਤੋਂ ਬਚਾਅ ਹੋ ਜਾਏ, ਅਥਰੂ ਗੈਸ ਤੋਂ ਬਚਾਅ ਹੋ ਜਾਏ। ਉਹਨਾਂ ਨੇ ਇੰਨੀਆਂ ਚੀਕਾਂ ਮਾਰੀਆਂ ਜੀ ਦਿੱਲੀ 'ਤੇ ਕਬਜ਼ਾ ਕਰਨ ਆ ਗਏ। ਆਹ ਤਾਂ ਗੋਦੀ ਮੀਡੀਆ ਦਾ ਹਾਲ ਹੈਗਾ ਆ। ਸੋ ਸਾਡੀ ਤਾਂ ਕੋਈ ਖਬਰ ਦਿਖਾਉਂਦਾ ਨਹੀਂ ਗਾ, ਤੁਹਾਡੇ ਅਸੀਂ ਧੰਨਵਾਦੀ ਹਾਂ ਕਿ ਤੁਸੀਂ ਚਲੋ ਸਾਡਾ ਆ ਕੇ ਹਾਲ ਦਿਖਾ ਦੇ ਕਿ ਅਸੀਂ ਕਿਸ ਹਾਲ 'ਚ ਇੱਥੇ ਬੈਠੇ ਹਾਂ। ਜਿੱਦਾਂ ਕਿ ਜਿਹੜਾ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਸੀ ਟੀਵੀ 'ਤੇ ਵੀ ਆ ਲੰਗਰ ਖਾਲੀ ਹੋ ਗਏ, ਜਗ੍ਹਾ ਖਾਲੀ ਹੋ, ਕਿਸਾਨ ਵਾਪਸ ਚਲੇ ਗਏ 26 ਦੀ ਘਟਨਾ ਤੋਂ ਬਾਅਦ ਜਿਹੜਾ ਕੁਝ ਦਿਖਾਇਆ ਗਿਆ। ਪਰ ਹੁਣ ਜੇ ਆਪਾਂ ਅੱਜ ਸਾਡਾ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਟਰਾਲੀਆਂ ਦੇ ਵਿੱਚ ਕੀ ਆ, ਕਿੱਦਾਂ ਚੱਲ ਰਿਹਾ, ਤੁਸੀਂ ਦੱਸੋ ਆਉਣ ਵਾਲੇ ਸਮੇਂ ਦੀ ਕਿੱਦਾਂ ਤੁਸੀਂ ਤਿਆਰੀਆਂ ਕਰ ਰਹੇ ਹੋ। ਔਰ ਜਿੱਦਾਂ ਕਿ ਦਿਖਾਇਆ ਜਾ ਰਿਹਾ ਸੀ ਵੀ ਇਹ ਹਾਲਾਤ ਇੱਥੇ ਹੁਣ ਬਦਲ ਗਏ ਨੇ, ਲੋਕ ਚਲੇ ਗਏ ਨੇ ਇੱਥੋਂ। ਨਹੀਂ ਜੀ, ਕੋਈ ਨਹੀਂ ਗਿਆ। 26 ਤਰੀਕ ਨੂੰ ਵੀ ਇੱਥੋਂ ਕੋਈ ਨਹੀਂ ਸੀ ਗਿਆ, ਸਾਡੀਆਂ ਟਰਾਲੀਆਂ ਇੱਥੇ ਲੱਗੀਆਂ ਸੀ ਕਿਉਂਕਿ ਕਾਫੀ ਦਿਨਾਂ ਦੇ ਬੰਦੇ ਘਰਾਂ ਤੋਂ ਆਏ ਸੀਗੇ। ਉਹ ਜਿੱਦਾਂ ਪਿੰਡਾਂ ਦੀਆਂ ਟਰਾਲੀਆਂ ਮੁੜੀਆਂ, ਲੋਕ ਕਣਕਾਂ ਨੂੰ ਪਾਣੀ ਪੂਣੀ ਲਾਉਣ ਵਾਸਤੇ ਮੁੜੇ ਜ਼ਰੂਰ ਸੀਗੇ, ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੋਦੀ ਮੀਡੀਆ ਦਿਖਾ ਰਿਹਾ ਕਿ ਇੱਥੇ ਹੈ ਨਹੀਂ ਗਾ ਕੋਈ ਵੀ, ਜੀ ਚਲੇ ਗਏ ਆ, ਉਸੇ ਦਿਨ ਸਾਰੀ ਸੰਗਤ ਵਾਪਸ ਮੁੜ ਕੇ ਆ ਗਈ ਆ। ਸੋ ਹੁਣ ਵੀ ਮੁੰਡੇ ਜਿਹੜੇ ਸਾਡੇ ਗਏ ਹੋ ਆ ਪਿੰਡਾਂ ਨੂੰ, ਕਿਉਂਕਿ ਰੇਲ ਰੋਕੋ ਅੰਦੋਲਨ ਸੀਗਾ। ਸੋ ਹੁਣ ਬੰਨ ਬਾਈ ਬੰਨ ਆ ਰਹੇ ਆ ਸਾਰੇ, ਆਪਣਾ ਆਪਣਾ ਅਸੀਂ ਬੰਦੋਬਸਤ ਕਰਕੇ ਆ ਰਹੇ ਹਾਂ, ਕਿਉਂਕਿ ਸਿਆਲਾਂ ਨੂੰ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇੱਥੇ ਰਹਿਣ ਦੀ। ਸਾਡੇ ਕੋਲ ਰਜਾਈਆਂ ਦੀ, ਕੰਬਲਾਂ ਦੀ ਕੋਈ ਤੰਗੀ ਨਹੀਂ ਸੀਗੀ, ਹੁਣ ਗਰਮੀ ਆ ਗਈ ਆ, ਹੁਣ ਵੀ ਸਾਨੂੰ ਕੋਈ ਤੰਗੀ ਨਹੀਂ। ਫਰਿੱਜਾਂ ਆ ਰਹੀਆਂ ਸਾਡੀਆਂ, ਏ ਸੀ ਲੱਗਿਆ ਟਰਾਲੀਆਂ ਦੇ ਵਿੱਚ, ਤੁਸੀਂ ਦੇਖ ਹੀ ਲਿਆ ਹੈਗਾ ਮੇਰੀ ਟਰਾਲੀ ਹੈਗੀ ਆ। ਐਕਚੁਅਲੀ ਮੈਂ ਇੱਕ ਬੜੀ ਵੱਡੀ ਟਰੈਕਟਰ ਕੰਪਨੀ ਦਾ ਪ੍ਰਮੋਟਰ ਹੈਗਾ ਹਾਂ। ਸੋ ਮੈਂ ਬੜੇ ਵੱਡੇ ਆਫਿਸ 'ਚ ਰਹਿੰਦਾ ਜਿੱਥੇ ਚਾਰ ਚਾਰ ਏ ਸੀ ਮੇਰੇ ਦਫ਼ਤਰ 'ਚ ਲੱਗੇ ਹੋ ਆ, ਮੇਰੇ ਘਰ 'ਚ ਏ ਸੀ ਲੱਗੇ ਹੋ ਆ, ਈਵਨ ਸਾਡੀਆਂ ਮੋਟਰਾਂ ਦੇ ਉੱਪਰ ਪੱਖੇ ਲੱਗੇ ਹੋ ਹੈਗੇ ਆ। ਤੋ ਇਹ ਸਰਕਾਰ ਸਾਨੂੰ ਹਰਾਉਣਾ ਚਾਹੁੰਦੀ ਆ, ਲੇਕਿਨ ਅਸੀਂ ਹਰਨ ਵਾਲੇ ਨਿਗੇ। ਅੱਜ ਪੰਜਾਬ ਦਾ ਜ਼ਿਮੀਂਦਾਰ ਬਹੁਤ ਤਕੜਾ ਆ, ਅਸੀਂ ਬੜੇ ਤਕੜੇ ਹੋ ਕੇ ਨਿਕਲੇ ਹਾਂ ਪੰਜਾਬ 'ਚੋਂ, ਪਰ ਇਹ ਸਾਨੂੰ ਜਿਹੜੇ ਕਾਲੇ ਕਾਨੂੰਨ ਸਾਡੇ 'ਤੇ ਥੋਪ ਕੇ ਸਾਨੂੰ ਅਬਾਨੀਆਂ ਡਾਨੀਆਂ ਅੱਗੇ ਪਾਉਣਾ ਚਾਹੁੰਦੀ ਆ, ਜਿਹੜਾ ਸਾਨੂੰ ਕਦਾ ਚਿੱਤ ਮਨਜ਼ੂਰ ਨਹੀਂ ਹੈ। ਸਾਨੂੰ ਜਿੰਨਾ ਚਿਰ ਮਰਜ਼ੀ ਇੱਥੇ ਬਹਿਣਾ ਪੈ ਜਾਏ, ਅਸੀਂ ਕਾਲੇ ਕਾਨੂੰਨ ਵਾਪਸ ਕਰਾ ਕੇ ਉੱਠਾਂਗੇ। ਉਸ ਤੋਂ ਪਹਿਲਾਂ ਅਸੀਂ ਨਹੀਂ ਇੱਥੋਂ ਉੱਠ ਕੇ ਜਾਂਦੇ। ਜੋ ਸਾਡਾ ਮਰਜ਼ੀ ਖਰਚਾ ਹੋ ਜਾਏ, ਅਖੀਰਲਾ ਖੂਨ ਦਾ ਕਤਰਾ, ਅਖੀਰਲਾ ਪੈਸਾ ਇਸ ਮੋਰਚੇ 'ਚ ਲਾ ਦਾਂਗੇ, ਲੇਕਿਨ ਉੱਠ ਕੇ ਨਹੀਂ ਜਾਵਾਂਗੇ। ਗੋਲੀਆਂ ਖਾਣੀਆਂ ਪਈਆਂ ਉਹ ਵੀ ਖਾਵਾਂਗੇ। ਮੈਂ ਤਾਂ ਸਰਕਾਰ ਨੂੰ ਇਹ ਚੈਲੰਜ ਕਰਦਾ ਕਿ ਜੇ ਹਿੰਮਤ ਹੈ ਤਾਂ ਸਾਨੂੰ ਸਿੰਘੂ ਬਾਰਡਰ ਤੋਂ ਉਠਾਲ ਕੇ ਦਿਖਾਲ ਦਿਓ। ਬਾਪੂ ਜੀ, ਜਿੱਦਾਂ ਕਿ ਤੁਸੀਂ ਇਹ ਪ੍ਰਬੰਧ ਕੀਤਾ, ਕੀ ਕਿੱਦਾਂ ਸੋਚਿਆ ਵੀ ਆਹ ਚੀਜ਼ ਆਪਾਂ ਟਰਾਲੀ ਦੇ ਵਿੱਚ ਫਿੱਟ ਕਰ ਦਈਏ ਜਾਂ AC ਲਵਾ ਲਈਏ ਜਾਂ ਪ੍ਰਿੰਟਰ ਲਾ ਲਈਏ, ਇਹਨਾਂ ਦੇ ਲਾਉਣ ਦਾ ਕਾਰਨ ਕੀ ਹੈ ਔਰ ਪ੍ਰਬੰਧ ਤੁਸੀਂ ਕੀਤਾ ਕਿੱਦਾਂ?
ਦੇਖੋ ਜੀ ਪੰਜਾਬੀ ਦੀ ਕਹਾਵਤ ਹੈ ਵੀ ਜੱਟ ਜਗਾੜੀ ਹੁੰਦੇ ਆ ਅਸੀਂ ਤਾਂ ਆਪਣੇ ਟਰੈਕਟਰਾਂ ਦੇ ਉੱਤੇ ਏਸੀ ਲਾ ਕੇ ਚੱਲ ਜਾਈਦਾ ਖੇਤਾਂ ਨੂੰ ਵਾਹੁਣ ਇਹ ਤਾਂ ਫਿਰ ਵੀ ਸਾਡੀ ਟਰਾਲੀ ਇੱਕ ਜਗ੍ਹਾ ਖੜੀ ਹੈਗੀ ਆ ਅਸੀਂ ਤਾਂ ਟਰੈਕਟਰਾਂ ਦੇ ਏਸੀ ਲਾ ਦਿੰਦੇ ਜਦੋਂ ਖੇਤਾਂ 'ਚ ਰਾਤ ਨੂੰ ਵਾਹੀ ਕਰੀਦੀ ਆ ਸਾਡੇ ਪੱਖੇ ਟਰੈਕਟਰਾਂ ਦੇ ਉੱਤੇ ਲੱਗੇ ਹੋ ਕੂਲਰ ਲੱਗੇ ਹੋ ਆ ਸੋ ਸਾਨੂੰ ਇੱਦਾਂ ਦੀ ਕੋਈ ਤੰਗੀ ਨਹੀਂ ਆ ਸੋ ਇੱਥੇ ਗਰਮੀ ਹੈਗੀ ਆ ਪੰਜਾਬ ਨਾਲੋਂ ਇੱਥੇ ਗਰਮੀ ਜ਼ਿਆਦੀ ਆ ਸੋ ਇਸ ਕਰਕੇ ਅਸੀਂ ਇਹ ਸਾਰੀਆਂ ਸਹੂਲਤਾਂ ਇੱਥੇ ਪੈਦਾ ਕਰ ਰਹੇ ਹੈਗੇ ਹਾਂ ਇਹ ਛੋਟੀ ਫਰਿੱਜ ਸੀ ਮੇਰੇ ਕੋਲ ਗੱਡੀ 'ਚ ਲੱਗੀ ਹੁੰਦੀ ਹੈ ਮੈਂ ਕੱਢ ਕੇ ਇੱਥੇ ਬਾਹਰ ਲਾ ਲਈ ਆ ਤੋ ਵੱਡੀ ਫਰਿੱਜ ਵੀ ਆ ਰਹੀ ਆ ਭਤੀਜੇ ਮੇਰੇ ਆ ਰਹੇ ਪਿੱਛੋਂ ਪੰਜਾਬ ਤੋਂ ਵਾਪਸ ਸੋ ਅੱਜ ਭਲ ਕੇ ਉਹਨਾਂ ਨੇ ਆ ਜਾਣਾ ਆ ਰਹੇ ਇੱਥੇ ਅਸੀਂ ਪੰਜਾਬ ਤੋਂ ਇੱਟਾਂ ਮੰਗਾ ਰਹੇ ਇੱਥੇ ਪੱਕੇ ਅਸੀਂ ਕੋਠੇ ਬਣਾ ਲੈਣੇ ਆ ਕੋਠੇ ਬਣਾ ਕੇ ਬੈਠਾਂਗੇ ਜਿੰਨਾ ਚਿਰ ਸਰਕਾਰ ਚਾਹੁੰਦੀ ਬਿਠਾ ਲਵੇ ਆ ਤੋਮਰ ਨੇ ਬਿਆਨ ਦਿੱਤਾ ਸੀਗਾ ਜੀ ਭੀੜ ਜਿਹੜੀ ਇਕੱਠੀ ਕਰਨ ਦੇ ਨਾਲ ਇਹ ਕਾਨੂੰਨ ਵਾਪਸ ਨਹੀਂ ਹੋਣੇ ਇਹ ਤੋਮਰ ਨੂੰ ਭੀੜ ਦੀਦੀ ਆ ਸਾਨੂੰ ਇਹ ਸੰਗਤ ਦੀਦੀ ਆ ਬਸ ਦੇਖਣ 'ਚ ਨਿਗਾਹ 'ਚ ਫਰਕ ਆ ਉਹਦੀ ਨਿਗਾਹ ਸਾਡੇ ਵਾਲੀ ਨਿਗਾਹ ਨਹੀਂ ਆ ਸਾਡੀ ਨਿਗਾਹ ਕਿਸਾਨੀ ਵਾਲੀ ਆ ਉਹਦੀ ਨਿਗਾਹ ਵਾਲੀ ਆ ਉਹਨਾਂ ਦੀ ਝਾਕ ਰਹਿੰਦੀ ਆ ਵੀ ਕਿਹੜੇ ਪੈਸੇ 'ਤੇ ਕਿੱਦਾਂ ਹੱਥ ਮਾਰਨਾ ਹੁਣ ਇਹਨਾਂ ਨੇ ਸੋਚਿਆ ਸੀਗਾ ਜਦੋਂ ਆਹ ਕਰੋਨਾ ਹੋਇਆ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਬੰਦ ਹੋ ਗਿਆ ਹਰ ਇੱਕ ਫੈਕਟਰੀ ਬੰਦ ਹੋ ਗਈ ਲੇਕਿਨ ਕਿਸਾਨੀ ਚੱਲਦੀ ਰਹੀ ਇਹਨਾਂ ਨੇ ਸੋਚਿਆ ਯਾਰ ਇੱਕੋ ਇੱਕ ਤਾਂ ਧੰਦਾ ਪੰਜਾਬ ਦਾ ਜਿਹੜਾ ਹੈਗਾ ਇਹਨੂੰ ਲੁੱਟੋ ਇਹ ਲੁੱਟਣ ਦੇ ਲਈ ਇਹਨਾਂ ਨੇ ਕਰੋਨਾ ਦੀ ਆੜ ਲੈ ਕੇ ਕਾਨੂੰਨ ਬਣਾ ਲਿਆ ਆ ਕਿਉਂਕਿ ਬਹੁਮਤ ਇਹਨਾਂ ਦਾ ਹੈਗਾ ਬੀਜੇਪੀ ਦਾ ਹੁਣ ਇਹ ਗਾਂ ਬਹੁਮਤ ਲੈ ਕੇ ਦਿਖਾ ਲੈਣ ਆਪਣਾ ਬੀਜੇਪੀ ਦਾ ਕਿਉਂਕਿ EVM ਦੀ ਸਰਕਾਰ ਆ ਇਹ ਪਹਿਲਾਂ ਇਹਨਾਂ ਨੇ ਜੁਮਲਾ ਛੱਡਿਆ ਸੀਗਾ 15-15 ਲੱਖ ਰੁਪਈਏ ਤੁਹਾਡੇ ਖਾਤੇ 'ਚ ਆਉਣਗੇ ਖਾਤੇ ਖਿਲਾ ਦਿਓ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਲੋਕਾਂ ਦੇ ਖਾਤੇ ਖੁੱਲ੍ਹੇ ਹੋ ਆ ਵਿੱਚ ਬੈਲੈਂਸ ਹੈ ਨਹੀਂ ਗਾ ਜਿਹਦੇ ਕੋਲ ਬੈਲੈਂਸ ਹੈਗਾ ਉਲਟਾ ਬੈਂਕਾਂ 250-250 ਰੁਪਈਆ ਕੱਟ ਕੱਟ ਕੇ ਉਹਨਾਂ ਦੇ ਬੈਲੈਂਸ ਜ਼ੀਰੋ ਕਰ ਦਿੱਤੇ ਆ ਸੋ ਇੱਦਾਂ ਦੇ ਜੁਮਲੇ ਨਾਲ ਪਹਿਲੀ ਵਾਰ ਇਹ ਆਇਆ ਦੂਜੀ ਵਾਰ ਸਰਕਾਰ ਲਿਆਂਦੀ ਇਹਨਾਂ ਨੇ EVM ਦੇ ਸਿਰ 'ਤੇ ਅੱਜ EVM ਨਾਲ ਵੋਟਾਂ ਪੈਣੀਆਂ ਹਟ ਜਾਣ ਅਤੇ ਮੈਂ ਕਹਿੰਦਾ ਇਹਨਾਂ ਨੂੰ ਬਹੁਮਤ ਹੈ ਕੀ ਜੇ ਆਪਣੀਆਂ ਜਮਾਨਤਾਂ ਬਚਾ ਦੇਣ ਤਾਂ ਉਹੀ ਬਹੁਤ ਹੈਗਾ ਜਿਹੜਾ ਤੁਸੀਂ ਇਹ ਪ੍ਰਿੰਟਰ ਰੱਖਿਆ ਤੁਹਾਡੇ ਕਿਸ ਕੰਮ ਆਉਂਦਾ ਇਹਦੇ ਇਹਨੂੰ ਕਿਸ ਕੰਮ ਵਾਸਤੇ ਤੁਸੀਂ ਇੱਥੇ ਯੂਜ ਕਰਦੇ ਹੋ ਜਾਂ ਆਮ ਜਨਤਾ ਵਾਸਤੇ ਯੂਜ ਕਰਦੇ ਆਮ ਕਿਸਾਨ ਇੱਥੇ ਆ ਕੇ ਇਹਨੂੰ ਇਹਦਾ ਮਤਲਬ ਕਿ ਯੂਜ ਕਰ ਸਕਦਾ ਹਾਂਜੀ ਬਿਲਕੁਲ ਜੀ ਬਿਲਕੁਲ ਜਿਹੜਾ ਮਰਜ਼ੀ ਕਿਸਾਨ ਆਵੇ ਜੇ ਉਹ ਕਿਸੇ ਨੇ ਪੇਪਰ ਕਢਾਉਣਾ ਕਿਸੇ ਨੇ ਕੰਪਿਊਟਰ ਥਰੂ ਆਪਣੇ ਬੱਚਿਆਂ ਨਾਲ ਬਾਹਰ ਗੱਲ ਕਰਨੀ ਆ ਸਭ ਸਹੂਲਤਾਂ ਹੈਗੀਆਂ ਸਾਡੇ ਐਕਚੁਲੀ ਕੀ ਆ ਕਿ ਜ਼ਿਮੀਂਦਾਰ ਕਿਸਾਨ ਜਿਹੜੇ ਹੈਗੇ ਆ ਤੋਮਰ ਨਾਲ ਜਦੋਂ ਗੱਲਬਾਤ ਕਰਨ ਜਾਂਦੇ ਸੀ ਸਾਨੂੰ ਬਹੁਤ ਦੂਰੋਂ ਦੂਰੋਂ ਪੇਪਰ ਜਾ ਕੇ ਲਿਆਉਣੇ ਪੈਂਦੇ ਸੀ ਕਾਨੂੰਨ ਵਾਲੇ ਸੋ ਅਸੀਂ ਇਸ ਕਰਕੇ ਇੱਥੇ ਲਾਇਆ ਆ ਕਿ ਸਾਡੇ ਕਿਸਾਨ ਵੀਰ ਇੱਥੋਂ ਜੋ ਉਹਨਾਂ ਨੂੰ ਚਾਹੀਦਾ ਪੇਪਰ ਆਪਣੇ ਤੋਂ ਪ੍ਰਿੰਟ ਕਰਕੇ ਲਿਜਾ ਸਕਦੇ ਆ ਮਤਲਬ ਕਿ ਜਿਹੜਾ ਕਿਸਾਨੀ ਜੁਗਾੜ ਲਾਤਾ ਜਿਵੇਂ ਖੇਤਾਂ ਦੇ ਵਿੱਚ ਕਿਸਾਨ ਇੱਕ ਕੰਮ ਕਰਦਾ ਕਿਸਾਨੀ ਜੁਗਾੜ ਲਾ ਕੇ ਇਹ ਹਰ ਖੇਤ ਨੂੰ ਵਾਹੁੰਦਾ ਅੰਦਰ ਤੋਂ ਉਪਜ ਪੈਦਾ ਕਰਦਾ ਉਸੇ ਤਰ੍ਹਾਂ ਤੁਸੀਂ ਇੱਥੇ ਵੀ ਤਿਆਰੀ ਕਰਤੀ ਵੀ ਆਪਾਂ ਟਰਾਲੀ ਦੇ ਵਿੱਚ ਹੀ ਆਪਣਾ ਕਿਸਾਨੀ ਸਿਸਟਮ ਚਲਾਤਾ ਬਿਲਕੁਲ ਜੀ ਬਿਲਕੁਲ ਇਹ ਮੇਰੀ ਟਰਾਲੀ ਨਹੀਂ ਹੈ ਮੇਰਾ ਪੂਰਾ ਦਫ਼ਤਰ ਵਾ ਹਾਂਜੀ ਜਿਹਦੇ ਵਿੱਚ ਲਾ ਛੋਟੀ ਮੋਟੀ ਆਈਟਮ ਤੋਂ ਲੈ ਕੇ ਹਰ ਇੱਕ ਚੀਜ਼ ਜੋ ਦਫ਼ਤਰ 'ਚ ਸਾਨੂੰ ਚਾਹੀਦੀ ਹੁੰਦੀ ਅਵੇਲੇਬਲ ਆ ਪੈਨ ਪੈਨਸਲ ਰਬਰ ਜੋ ਵੀ ਹੈਗਾ ਆ ਉਹ ਸਾਰਾ ਕੁਛ ਇਹਦੇ ਵਿੱਚ ਹੈਗਾ ਆ ਬਾਬਾ ਜੀ ਆਪਾਂ ਜਾਣਨਾ ਚਾਹੁੰਦੇ ਤੁਹਾਨੂੰ ਕੰਪਿਊਟਰ ਦੀ ਨੌਲੇਜ ਹੈਗੀ ਸਾਰਾ ਕੁਝ ਨੌਲੇਜ ਹੈਗੀ ਤੁਹਾਨੂੰ ਜਦੋਂ ਜੀ ਲੋਕਾਂ ਨੂੰ ਕੰਪਿਊਟਰ ਕਹਿਣਾ ਨਹੀਂ ਸੀ ਆਉਂਦਾ ਮੈਂ ਉਹਨਾਂ ਦਿਨਾਂ ਦੇ ਵਿੱਚ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕਰ ਗਿਆ ਸੀਗਾ ਫਿਰ ਮੈਂ ਡਿਪਲੋਮਾ ਇਨ ਕੰਪਿਊਟਰ ਪ੍ਰੋਗਰਾਮਿੰਗ ਕੀਤਾ ਮੈਂ ਫੋਕਸ ਪ੍ਰੋ ਦਾ ਮਾਸਟਰ ਰਿਹਾ ਮੈਂ ਪ੍ਰੋਗਰਾਮ ਬੜੇ ਬਣਾਏ ਆ ਫੋਕਸ ਪ੍ਰੋ ਦੇ ਵਿੱਚ ਸੋ ਫਿਰ PGDCA ਕੀਤੀ ਆ ਫਿਰ MSc ਕੰਪਿਊਟਰ ਸਾਇੰਸ ਕਰਕੇ IT ਕੀਤੀ ਹੈਗੀ ਆ ਤਾਂ ਫਿਰ ਮੈਂ ਫਾਈਨੈਂਸ਼ੀਅਲ ਅਕਾਊਂਟਿੰਗ ਦਾ ਡਿਪਲੋਮਾ ਕੀਤਾ ਆ ਜੀ ਆਪਣਾ ਇੰਨੀਆਂ ਡਿਗਰੀਆਂ ਮੇਰੇ ਕੋਲ ਹੈਗੀਆਂ BA ਓਨਰ ਆ ਮੈਂ ਜੀ ਜਿੱਥੇ ਕਿਹਾ ਜਾਂਦਾ ਸੀ ਕਿਸਾਨ ਅਨਪੜ੍ਹ ਕਿਸਾਨ ਇੱਥੇ ਦੇ ਬੈਠੇ ਹੋਏ ਨੇ ਪਰ ਤੁਸੀਂ ਜਿੰਦਾ ਜਾਗਦਾ ਸਬੂਤ ਹੋ ਕਿ ਤੁਸੀਂ ਪੜ੍ਹੇ ਲਿਖੇ ਕਿਸਾਨ ਇੱਥੇ ਬੈਠ ਕੇ ਕਿਸਾਨੀ ਟੈਕਨੋਲੋਜੀ ਦੀ ਵੀ ਗੱਲ ਕਰ ਰਹੇ ਹੋ ਕਿਸਾਨੀ ਦੇ ਬਾਰੇ ਵੀ ਸੋਚ ਰਹੇ ਹੋ ਕਿਸਾਨੀ ਬਾਰੇ ਦੱਸ ਵੀ ਰਹੇ ਹੋ ਜਿੱਥੇ ਕਿਹਾ ਜਾ ਰਿਹਾ ਸੀ ਸਰਕਾਰ ਵੱਲੋਂ ਜਾਂ ਮੀਡੀਆ ਦੇ ਵਿੱਚ ਫੈਲਾਇਆ ਜਾ ਰਿਹਾ ਸੀ ਇੱਥੇ ਅਨਪੜ੍ਹ ਕਿਸਾਨ ਬੈਠੇ ਹੋਏ ਨੇ ਦੇਖੋ ਜੀ ਮੇਰਾ ਜਿਹੜਾ ਇਲਾਕਾ ਪੈਂਦਾ ਆਦਮਪੁਰ ਮੇਰੇ ਆਦਮਪੁਰ ਇਲਾਕੇ ਦੇ ਵਿੱਚ ਕਾਨਵੈਂਟ ਸਕੂਲ ਹੈਗਾ ਮੇਰੇ ਆਪਣੇ 4 ਭਤੀਜੇ ਆ ਛੋਟੇ ਭਾਈ ਦਾ ਲੜਕਾ ਨਾਲ ਪੰਜੇ ਭਤੀਜੇ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋ ਆ ਜਿਨ੍ਹਾਂ 'ਚੋਂ 2-3 ਇੱਥੇ ਖੇਤੀ ਕਰਦੇ ਆ ਮੇਰੇ ਲਾਗੇ ਪਿੰਡ ਕੰਦੋੜਾ ਆ ਡਰੋਲੀ ਆ ਡਮੁੰਡਾ ਆ ਮੈਂ ਹਰ ਇੱਕ ਬੰਦੇ ਨੂੰ ਜਿਹੜਾ ਜ਼ਿਮੀਂਦਾਰ ਉਹਨੂੰ ਅਪੀਅਰ ਕਰਦਾ ਕਿ ਭਾਈ ਆਪਣੇ ਬੱਚਿਆਂ ਨੂੰ ਪੜ੍ਹਾਓ ਬੱਚਿਆਂ ਨੂੰ ਪੜ੍ਹਾਓ ਸਾਡੇ ਪਿੰਡਾਂ ਦੇ ਬੱਚੇ ਮੇਰਾ ਪਿੰਡ ਪਧਿਆਣਾ ਮੇਰੇ ਪਿੰਡ ਦੇ ਮੇਰਾ ਖਿਆਲ ਆ 15-16 ਮੁੰਡੇ ਇੱਦਾਂ ਦੇ ਜਿਹੜੇ ਕਾਨਵੈਂਟ ਸਕੂਲਾਂ ਦੇ ਪੜ੍ਹੇ ਔਰ ਖੇਤੀ ਕਰ ਰਹੇ ਆ ਕਿਉਂਕਿ ਸਾਨੂੰ ਜਿਹੜੀਆਂ ਆ ਨੌਕਰੀਆਂ ਮਿਲਦੀਆਂ ਨਹੀਂ ਹੈਗੀਆਂ ਤਾਂ ਪਿਤਾ ਪੁਰਖੀ ਕੰਮ ਅਸੀਂ ਖੇਤੀ ਕਰਦੇ ਹਾਂ ਤੁਸੀਂ ਮੇਰੇ ਪਿੰਡ ਆ ਕੇ ਕਿਤੇ ਦੇਖੋ ਮੇਰੇ ਪਿੰਡ ਦੇ ਮੁੰਡੇ ਇੰਨੇ ਪੜ੍ਹੇ ਹੋ ਆ ਨਾ ਕਾਨਵੈਂਟ ਸਕੂਲਾਂ ਦੇ ਫਰ ਫਰ ਅੰਗਰੇਜ਼ੀ ਬੋਲਦੇ ਆ ਉਹ ਜਿੱਥੇ ਮਰਜ਼ੀ ਲਿਜਾ ਕੇ ਬਿਠਾ ਦਿਓ ਇਹ ਤਾਂ ਹੁਣ 1947 ਵਾਲੀ ਗੱਲ ਨਹੀਂ ਰਹਿ ਗਈ ਕਿ ਜੱਟ ਟੁੱਟੀਆਂ ਜੁੱਤੀਆਂ ਵਾਲੇ ਪਾਟੇ ਕਮੀਜ਼ਾਂ ਪਜਾਮੇ ਵਾਲੇ ਆ ਹੁਣ ਤਾਂ ਸਾਡੇ ਮੁੰਡੇ ਜਿਹੜੇ ਬ੍ਰਾਂਡਡ ਕੱਪੜੇ ਪਾਉਂਦੇ ਆ ਆ ਮੇਰਾ ਭਤੀਜਾ ਤੁਹਾਨੂੰ ਹੁਣ ਗਿਆ ਆ ਪਿੰਡ ਦਿਖਾ ਦਿਆ ਉਹਦੇ ਕੋਲ 27,000 ਦੀਆਂ ਅਰਮਾਨੀ ਦੀਆਂ ਐਨਕਾਂ ਲਈਆਂ ਆ ਉਹਨੇ ਇਹ ਕੁਛ ਸਾਡਾ ਹੈਗਾ ਔਰ ਮੈਂ ਆਪ ਖੁਦ ਜਿਹੜਾ ਹੈਗਾ ਹੁਣ ਤੱਕ ਕਦੀ ਰੇਵਨ ਦਾ ਚਸ਼ਮਾ ਮੈਂ ਪਹਿਨਦਾ ਹਮੇਸ਼ਾ ਹੀ ਔਰ ਪਾਰਕਰ ਦੇ ਪਿੰਨ ਤੋਂ ਮੈਂ ਥੱਲੇ ਕਦੀ ਪਿੰਨ ਨਹੀਂ ਯੂਜ਼ ਕੀਤਾ 25 ਸਾਲਾਂ ਦਾ ਸੀਗਾ ਮੈਂ ਜਦ ਮੈਂ ਕੰਪਿਊਟਰ ਲੈਨ ਦੇ ਵਿੱਚ ਪਿਆ ਹਾਂ
ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀਆਂ ਵੀ ਆ ਰਹੀਆਂ, ਬਹੁਤ ਦਿੱਕਤਾਂ ਵੀ ਵਧਣ ਵਾਲੀਆਂ ਨੇ, ਪਰ ਸਰਕਾਰ ਅਜੇ ਵੀ ਇਹੋ ਜਿਹੇ ਬਿਆਨ ਕਹਿ ਦੇ ਰਹੀ ਹੈ ਕਿ ਵੀ ਆਪਾਂ ਰੱਦ ਨਹੀਂ ਕਰਨੇ, ਤੁਸੀਂ ਸ਼ੋਧਾਂ ਜ਼ਰੂਰ ਕਰਾ ਲਓ ਸਾਡੇ ਕੋਲੋਂ, ਆਪਾਂ ਰੱਦ ਨਹੀਂ ਉਹ ਕਰਨੇ, ਅਤੇ ਇੱਥੇ ਇਕੱਠ ਕਰਨ ਨਾਲ ਕੋਈ ਫਾਇਦਾ ਨਹੀਂ, ਤੁਹਾਨੂੰ ਜਿੰਨੇ ਮਰਜ਼ੀ ਇਕੱਠ ਤੁਸੀਂ ਕਰੀ ਜਾਓ। ਦੇਖੋ ਜੀ, ਇਹ ਤਾਂ ਸਰਕਾਰ ਦੀ ਸੋਚ ਆ ਕਿ ਇਕੱਠ ਕਰ ਰਹੇ, ਇੱਥੇ ਇਕੱਠ ਲਈ ਕੋਈ ਨਹੀਂ ਆਇਆ ਆ, ਸਭ ਆਪਣੇ ਦੁੱਖਾਂ ਲਈ ਇੱਥੇ ਬੈਠੇ ਆ। ਨੰਬਰ ਇੱਕ। ਨੰਬਰ ਦੋ, ਮੈਂ ਮੋਦੀ ਸਾਹਿਬ ਨੂੰ ਵੀ, ਤੋਮਰ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ, ਤੁਹਾਡੇ ਚੈਨਲ ਦੇ ਮਾਧਿਅਮ ਥਰੂ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਸਾਨੂੰ ਉਕਸਾਵੋ ਨਾ, ਸਾਡੇ ਦਿਮਾਗ 'ਚ ਫਰਸਟ੍ਰੇਸ਼ਨ ਨਾ ਭਰੋ ਕਿ ਅਸੀਂ ਕੋਈ ਉਲਟਾ ਸਿੱਧਾ ਕੰਮ ਕਰ ਬੈਠੀਏ। ਇੱਥੇ ਅਸੀਂ ਮਰਨ ਮਰਾਉਣ 'ਤੇ ਆਏ ਹਾਂ, ਸਾਡੇ ਕਫਨ ਟਰਾਲੀਆਂ ਦੇ ਵਿੱਚ ਪਏ ਆ, ਉੱਧਰ ਸਾਡੀ ਟਰਾਲੀ ਲੱਗੀ ਹੋਆ, ਉਹਦੇ ਵਿੱਚ ਅਸੀਂ ਆਪਣੇ ਕਫਨ ਲੈ ਕੇ ਤੁਰੇ ਸੀ, 11 ਬੰਦੇ ਜਿੱਦਣ ਘਰੋਂ ਤੁਰੇ ਹਾਂ, ਸਾਡੇ ਆਪਣੇ ਕਫਨ ਤਿਆਰ ਆ, ਲੇਕਿਨ ਅਸੀਂ ਹਾਲੇ ਵੀ ਹੱਥ ਜੋੜੀ ਜਾਂਦੇ ਹਾਂ ਕਿ ਭਾਈ ਜੀ, ਬਾਬੇ ਨਾਨਕ ਦਾ ਪਹਿਰਾ ਆ ਗਿਆ, ਪੰਜਵੀਂ ਪਾਤਸ਼ਾਹੀ ਦਾ ਪਹਿਰਾ ਆ ਗਿਆ, ਨੌਵੀਂ ਪਾਤਸ਼ਾਹੀ ਦਾ ਪਹਿਰਾ ਆ ਗਿਆ, ਜੇ ਕਿਤੇ ਦਸਵੀਂ ਪਾਤਸ਼ਾਹੀ ਦਾ ਇੱਥੇ ਪਹਿਰਾ ਆ ਗਿਆ ਨਾ, ਫਿਰ ਪਤਾ ਨਹੀਂ ਇੱਥੇ ਕੀ ਹੋ ਜਾਣਾ। ਸੋ ਸਾਡੀ ਮਿਹਨਤ ਆ ਕਿ ਸਾਡੇ ਕਾਨੂੰਨਾਂ ਨੂੰ, ਇਹਨਾਂ ਨੂੰ ਵਾਪਸ ਲੈ ਲਓ ਅਤੇ ਸਾਨੂੰ ਘਰਾਂ ਨੂੰ ਮੋੜੋ, ਅਸੀਂ ਜਾ ਕੇ ਆਪਣੇ ਕੰਮ ਧੰਦੇ 'ਚ ਲੱਗੀਏ, ਅਤੇ ਜੇ ਨਹੀਂ ਆ ਤੁਹਾਡੀ ਜੇਦਵਾ ਤਾਂ ਫਿਰ ਸਾਡੀ ਵੀ ਜੇਦਵਾ, ਭਾਵੇਂ ਸਾਨੂੰ 24 ਤੱਕ ਬਿਠਾ ਲਓ, ਭਾਵੇਂ 10 ਸਾਲ ਬਿਠਾਲੀ ਰੱਖਿਓ, ਇੱਥੇ ਟਰਾਲੀ ਲੱਗੀ ਰਹੋ ਸਰਦਾਰ ਦੀ, ਇੱਥੇ ਟਰੈਕਟਰ ਖੜ੍ਹੇ ਆ, ਖੇਤੀ ਵਧਣੀ ਮਨਜ਼ੂਰ ਆ, ਨਾ ਕਰਨੀ ਮਨਜ਼ੂਰ ਆ, ਲੇਕਿਨ ਸਰਕਾਰ ਨਾਲ ਪੰਗਾ ਲਿਆ ਆ ਤਾਂ ਪੰਗਾ ਲਵਾਂਗੇ, ਡਟ ਕੇ ਲਵਾਂਗੇ। ਇਹ ਸੈਂਟਰ ਸਰਕਾਰ ਨਾਲ ਪੰਗਾ ਆ ਸਾਡਾ, ਨਾ ਪੰਜਾਬ ਦੀ ਗੌਰਮੈਂਟ ਨਾਲ ਪੰਗਾ ਆ, ਨਾ ਕਿਸੇ ਫੈਕਟਰੀ ਨਾਲ ਪੰਗਾ ਆ। ਜੇ ਸੈਂਟਰ ਸਰਕਾਰ ਨਾਲ ਪੰਗਾ ਲਾਇਆ ਤਾਂ ਕੋਈ ਸੋਚ ਕੇ ਲਾਇਆ, ਆਪਣਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਅਸੀਂ ਉਸ ਆਸ਼ੇ 'ਤੇ ਤੁਰੇ ਹੋਵਾਂ, ਬਾਬੇ ਨਾਨਕ ਦੇ ਆਸ਼ੇ 'ਤੇ ਤੁਰੇ ਹੋਵਾਂ ਅਸੀਂ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਆਹ ਅਸੀਂ ਵੰਡ ਕੇ ਛੱਕ ਰਹੇ ਹਾਂ ਸਾਰਿਆਂ ਦੇ ਵਿੱਚ, ਪੂਰੀ ਦਿੱਲੀ ਇੱਧਰੋਂ, ਜਿਹੜੇ ਲੋਕ ਭੁੱਖੇ ਝੁੱਗੀਆਂ ਝੌਂਪੜੀਆਂ ਵਾਲੇ ਰਜਾ ਦਿੱਤੇ, ਅਸੀਂ ਰਜਾ ਜਾਂਦੇ ਆਏ ਹਾਂ, ਉਹ ਤਾਂ ਕਹਿੰਦੇ ਕਾਨੂੰਨ ਵਾਪਸ ਨਾ ਹੋਣ ਤਾਂ ਸਰਦਾਰ ਜੀ ਤੁਸੀਂ ਮੁੜ ਕੇ ਨਾ ਜਾਵੋ, ਪੰਜਾਬ ਪੱਕਾ ਇੱਥੇ ਵਸਾ ਲਓ, ਸਾਨੂੰ ਰੋਟੀ ਮਿਲਣ ਲੱਗ ਪਈ ਆ, ਸਰਕਾਰ ਨੇ ਤਾਂ ਸਾਨੂੰ ਭੁੱਖੇ ਮਾਰ ਦਿੱਤਾ ਹੈਗਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਨੇ, ਜੋ ਵਿਚਾਰ ਆਪਣੇ ਪੇਸ਼ ਕੀਤੇ, ਦੱਸਿਆ ਵੀ ਕਿੱਦਾਂ ਇੱਥੇ ਆਏ, ਪੜ੍ਹੇ ਲਿਖੇ ਇਨਸਾਨ ਨੇ, ਹਰ ਤਰੀਕੇ ਦੀ ਫੈਸਿਲਿਟੀ ਹੈ ਨਾ ਆਪਣੇ ਕਿਸਾਨਾਂ ਵਾਸਤੇ ਕੀਤੀ ਹੋਈ ਹੈ ਇੱਥੇ, ਕਿ ਜੋ ਵੀ ਹੈ ਕਿਸੇ ਨੂੰ ਲੋੜ ਪਵੇ ਇੱਥੇ ਆ ਕੇ ਆਪਣੇ ਪ੍ਰਿੰਟਰ 'ਚ ਪ੍ਰਿੰਟਰ ਕਢਾ ਸਕਦਾ, ਠੰਡੇ ਪਾਣੀ ਦੀ ਲੋੜ ਹੈ ਠੰਡਾ ਪਾਣੀ ਲੈ ਸਕਦਾ, ਔਰ ਏਸੀ ਦੇ ਵਿੱਚ ਆਪਣਾ ਬਹਿਣਾ ਸਕਦਾ, 10 ਮਿੰਟ 'ਤੇ ਬਹਿ ਵੀ ਸਕਦਾ, ਆਰਾਮ ਵੀ ਕਰ ਸਕਦਾ, ਹਰ ਤਰ੍ਹਾਂ ਦੀ ਇਹਨਾਂ ਨੂੰ ਫੈਸਿਲਿਟੀ ਤਾਂ ਕੀਤੀ ਹੋਈ ਹੈ। ਔਰ ਇਸੇ ਤਰ੍ਹਾਂ ਤੁਸੀਂ ਪੰਜਾਬ ਨਿਊਜ਼ ਨਾਲ ਜੁੜੇ ਰਹੋ, ਤੁਹਾਨੂੰ ਕਿਸਾਨੀ ਅੰਦੋਲਨ ਦੀ ਅਪਡੇਟ ਦਿੰਦੇ ਰਹਾਂਗੇ। ਧੰਨਵਾਦ।